ਪਾਸਨਾ ਦੀ ਵਿਪਾਸਨਾ ਇੱਕ ਬੀਬੀ ਡੇਰੇ ਨਾਲ ਜੁੜੀ ਸੀ ਜਿਹਦੇ ਨਾਂ ਦੇ ਉੱਤੇ ਕਾਫੀ ਸਰਚ ਹੋਈ। ਬਾਅਦ ਦੇ ਵਿੱਚ ਬੀਬੀ ਬਾਰੇ ਵੀ ਕਾਫੀ ਸਰਚ ਹੁੰਦੀ ਰਹੀ। ਉਹ ਗੱਲ ਵੱਖਰੀ ਹੈ ਕਿ ਮੁੜ ਕੇ ਲੋਕਾਂ ਨੂੰ ਪਤਾ ਹੀ ਨਹੀਂ ਲੱਗਿਆ ਕਿ ਜਿਨ੍ਹਾਂ ਦੀ ਭਾਲ ਕੀਤੀ ਜਾ ਰਹੀ ਸੀ ਉਹ ਬਾਅਦ 'ਚ ਸ਼ਰੇਆਮ ਵੀ ਸਾਹਮਣੇ ਆ ਗਏ, ਉਹਨਾਂ ਦੇ ਖਿਲਾਫ ਹੋਇਆ ਕੁਛ ਕੀਤਾ ਜਾਂ ਨਹੀਂ ਕੀਤਾ। ਖੈਰ ਆਪਣਾ ਉਹ ਮਸਲਾ ਨਹੀਂ ਹੈ ਸ਼ਰਮਾ ਜੀ। ਦਿੱਲੀ ਵਾਲੇ ਪੰਜਾਬ ਆ ਰਹੇ ਨੇ ਵਿਪਾਸਨਾ ਕਰਨ, ਅਤੇ ਪੰਜਾਬ ਵਾਲੇ ਕਹਿੰਦੇ ਕਿਤੇ ਹੋਰ ਹੀ ਜਾ ਰਹੇ ਨੇ। ਪਹਿਲਾਂ ਕੇਜਰੀਵਾਲ ਆਏ ਸੀ ਪੰਜਾਬ ਦੇ ਵਿੱਚ, ਅਤੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਕਹਿੰਦੇ ਕਿਤੇ ਹੋਰ ਹੀ ਚਲੇ ਗਏ ਵਿਪਾਸਨਾ ਕਰਨ। ਬਿਲਕੁਲ ਜੀ, ਪੰਜਾਬ ਦੇ ਮੁੱਖ ਮੰਤਰੀ ਸਾਹਿਬ ਪੰਜਾਬ ਨੂੰ ਹਫ਼ਤੇ ਕੁ ਲਈ ਲਵਾਰਸ ਛੱਡ ਕੇ ਆਂਧਰਾ ਪ੍ਰਦੇਸ਼ ਰਵਾਨਾ ਹੋਏ ਨੇ। ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪਟਨਮ ਦੇ ਖੇਤਰ ਦੇ ਵਿੱਚ ਵਿਪਾਸਨਾ ਵਾਲਿਆਂ ਦਾ ਇੱਕ ਸੈਂਟਰ ਹੈ। ਠੀਕ ਹੈ ਜੀ। ਇਹ ਪੁਖਤਾ ਜਾਣਕਾਰੀ ਅਜੇ ਤੱਕ ਅਧਿਕਾਰੀਆਂ ਕੋਲ ਜਾਂ ਮਤਲਬ ਜਿਹੜੇ ਪੰਜਾਬ ਸਰਕਾਰ ਦੇ ਬਾਕੀ ਉਹਨਾਂ ਦੇ MLA ਮੰਤਰੀ ਸੰਤਰੀ ਨੇ ਉਹਨਾਂ ਕੋਲ ਵੀ ਨਹੀਂ ਹੈ ਕਿ ਇਹ ਸੈਂਟਰ ਸਹੀ ਮਾਇਨੇ 'ਚ ਲੋਕੇਸ਼ਨ ਕੀ ਹੈ। ਠੀਕ ਹੈ। ਜਦੋਂ ਕਿ ਮੁੱਖ ਮੰਤਰੀ ਸਾਹਿਬ ਆਪਣੀ ਧਰਮ ਪਤਨੀ ਡਾਕਟਰ ਗੁਰਪ੍ਰੀਤ ਹੋਰਾਂ ਨੂੰ ਤੇ ਨਾਲ ਆਪਣਾ ਨਿੱਜੀ ਬਹੁਤ ਨਿੱਜੀ ਸਟਾਫ ਤੇ ਸਿਕਿਉਰਿਟੀ ਉਹਨਾਂ ਨੂੰ ਨਾਲ ਲੈ ਕੇ ਗਏ ਨੇ। ਬੇਸ਼ੱਕ ਉਹ ਅੰਦਰ ਤਾਂ ਨਹੀਂ ਜਾਣਗੇ, ਉਹ ਸੈਂਟਰ ਦਾ ਇੱਕ ਦਾਇਰਾ ਹੋਊਗਾ ਬਾਹਰ ਵਿਪਾਸਨਾ ਦਾ ਜਿੱਥੇ ਉਹਨਾਂ ਨੇ ਰਹਿਣਾ, ਕਿਉਂਕਿ ਜਿੱਥੇ ਮੁੱਖ ਮੰਤਰੀ ਸਾਹਿਬ ਜਾਣਗੇ ਜਿਹੜੇ ਜਦੋਂ ਇਹ ਯੋਗ ਸਾਧਨਾ ਲਈ ਚਲੇ ਜਾਣਗੇ ਅੰਦਰ, ਤਾਂ ਉਸ ਸਮੇਂ ਫਿਰ ਮਤਲਬ ਕਿ ਉਹਨਾਂ ਕੋਲ ਨਾ ਫੋਨ ਹੋਊਗਾ, ਨਾ ਅਖਬਾਰ ਹੋਊਗੀ, ਨਾ ਟੈਲੀਵਿਜ਼ਨ ਹੋਊਗਾ, ਨਾ ਬਾਹਰਲੇ ਕਿਸੇ ਬੰਦੇ ਨਾਲ ਕੋਈ ਰਾਬਤਾ ਹੋਊਗਾ। ਅਸਲ 'ਚ ਇਹ ਪੂਰੀ ਦੁਨੀਆ ਤੋਂ ਵਿਅਕਤੀ ਨੂੰ ਕੱਟ ਕੇ ਆਪਣੇ ਆਪ ਨਾਲ ਗੱਲਬਾਤ ਕਰਨ ਦਾ ਜਾਂ ਆਪਣੇ ਆਪ ਪਛਾਣਨ ਦਾ, ਆਪਣੇ ਸਰੀਰਕ ਤੌਰ 'ਤੇ ਉਸਦੀ ਥਕਾਵਟ ਲਾ ਕੇ ਉਸਨੂੰ ਦੁਬਾਰਾ ਚੇਤਨ ਹੋਣ ਦਾ, ਰੀਚਾਰਜ ਹੋਣ ਦਾ ਇੱਕ ਤਰੀਕਾ ਹੈ। ਸੋ ਜਿਸ ਨੂੰ ਮਤਲਬ ਕਿ ਜ਼ਿਆਦਾ ਹਾਈਪ ਦੇ ਕੇ VIP ਬਣਾ ਕੇ, ਮਤਲਬ ਕਿ ਉਹ ਵੱਡੇ ਮਾਰਜਨ ਦਾ ਬਣਾ ਕੇ, ਤਾਂ ਕਿ ਇੱਕ ਲਗਜ਼ਰੀ ਤਰੀਕਾ ਵੀ ਲੱਗੇ। ਸੋ ਉਹ ਇਹ ਸਾਧਨ ਬਣ ਗਏ ਨੇ। ਬਿਲਕੁਲ, ਅਰਵਿੰਦ ਕੇਜਰੀਵਾਲ ਇਸ ਤੋਂ ਪਹਿਲਾਂ ਹਿਮਾਚਲ ਕੰਨੀ, ਕਦੇ ਜੈਪੁਰ ਕੰਨੀ, ਕਦੇ ਕਿਤੇ ਕਈ ਥਾਵਾਂ ਤੇ ਉਹ ਜਾਂਦੇ ਰਹੇ ਨੇ। ਇਸ ਵਾਰ ਉਹਨਾਂ ਨੇ ਪੰਜਾਬ ਵਾਲਾ ਹੁਸ਼ਿਆਰਪੁਰ ਵਾਲਾ ਸੈਂਟਰ ਚੁਣਿਆ ਸੀ। ਸੋ 10 ਦਿਨ ਇੱਥੇ ਲਾ ਕੇ ਗਏ, ਤੇ ਕੁੱਝ ਤਾਂ ਕਹਿੰਦੇ ਸੀ ਕਿ ED ਤੋਂ ਬਚਣ ਲਈ ਆਏ ਨੇ, ਪਰ ED ਤਾਂ ਹੁਣ ਵੀ ਨੀ ਉਹ ਗਏ ਜਨਾਬ। ਹੁਣ ਦੂਜੀ ਵਾਰ ਵੀ, ਤੀਜੀ ਵਾਰ ਵੀ ਉਹਨਾਂ ਨੇ ਇਨਕਾਰ ਕਰਤਾ ਕਿ ਨਹੀਂ ਜੀ, ਮੈਨੂੰ ਸਵਾਲ ਭੇਜ ਦਿਓ, ਮੇਰੇ ਕੋਲ ਤਾਂ ਰਾਜ ਸਭਾ ਚੋਣਾਂ ਦਾ ਕੰਮ ਪਿਆ ਜੀ, ਮੇਰੇ ਕੋਲ ਤਾਂ ਪਾਰਟੀ ਦੇ ਕੰਮ ਬਹੁਤ ਪਏ ਨੇ ਜੀ, ਮੈਨੂੰ ਭੇਜਦੇ ਹੀ ਸਮਰਥਾ ਨੇ ਜੀ ਕਿ ਮੈਂ 2024 'ਚ ਪ੍ਰਚਾਰ ਨਾ ਕਰ ਸਕਾਂ ਜੀ, ਇਹ ਸਾਰਾ ਕੁਛ। ਇਸ ਲਈ ਕਹਿੰਦੇ ਜੀ ਮੈਂ ਤਾਂ ਨਹੀਂ ਆ ਸਕਦਾ ਜੀ, ਮੈਨੂੰ ਸਵਾਲ ਭੇਜ। ਠੀਕ ਹੈ। ਹੁਣ ਉਹਨਾਂ ਦੇ ਉੱਤੇ ED ਤੇ ਨਿਰਭਰ ਕਰਦਾ ਕਿ ਉਹਨਾਂ ਨੇ ਸਵਾਲ ਭੇਜਣੇ ਆ ਕਿ ਜਾਂ ਗ੍ਰਿਫਤਾਰੀ ਦੇ ਵਾਰੰਟ ਕੱਢਣੇ ਆ। ਠੀਕ ਹੈ ਜੀ। ਸੋ ਪਰ ਇੱਧਰ ਪੰਜਾਬ ਦੇ ਲੀਡਰ, ਸੱਤਾਧਾਰੀ ਧਿਰ ਦੇ ਵੀ, ਵਿਰੋਧੀ ਧਿਰਾਂ ਦੇ ਵੀ, ਇਹ ਪੁੱਛਣ 'ਚ ਲੱਗੇ ਹੋਏ ਨੇ ਕਿ ਹਫ਼ਤਾ ਭਰ ਹੁਣ ਪੰਜਾਬ ਕਿਵੇਂ ਚੱਲੂ। ਤੇ ਦਬੀ ਆਵਾਜ਼ 'ਚ ਅਧਿਕਾਰੀ ਕਹੀ ਜਾਂਦੇ ਨੇ ਕੋਈ ਗੱਲ ਨੀ, ਪਹਿਲਾਂ ਵੀ ਜਿਹੜੇ ਦਿੱਲੀ ਤੋਂ ਚਲਾਉਂਦੇ ਨੇ ਹੁਣ ਚਲਾਈ ਜਾਣਗੇ, ਇੰਨਾ ਫਿਕਰ ਨਾ ਕਰੋ ਕਹਿੰਦੇ। ਸੋ ਮੁੱਖ ਮੰਤਰੀ ਸਾਹਿਬ 4 ਦਿਨਾਂ ਲਈ ਵਿਪਾਸਨਾ ਸੈਂਟਰ ਰਹਿਣਗੇ ਪ੍ਰਵੀਨ ਜੀ। ਹਾਂਜੀ, ਠੀਕ ਆ। ਉਹ ਤੋਂ ਬਾਅਦ 6 ਤਰੀਕ ਨੂੰ ਇਹਨਾਂ ਨੇ ਦਿੱਲੀ ਪਰਤ ਆਉਣਾ ਵਾਪਸ। 6 ਜਨਵਰੀ ਨੂੰ ਦਿੱਲੀ ਆ ਜਾਣਾ। ਪਤਾ ਲੱਗ ਰਿਹਾ ਕਿ 7 ਤੇ 8 ਜਨਵਰੀ ਦਾ ਗੁਜਰਾਤ ਦੇ ਵਿੱਚ 2 ਰੋਜ਼ਾ ਕੋਈ ਸਮਾਗਮ ਰੱਖਿਆ ਕੇਜਰੀਵਾਲ ਉਹਨਾਂ ਨੇ, 2 ਰੋਜ਼ਾ ਉੱਥੇ ਕੋਈ ਪ੍ਰੋਗਰਾਮ ਨੇ, ਉਹਦੇ ਲਈ ਫਿਰ ਕੇਜਰੀਵਾਲ ਜੀ ਨਾਲ ਜਾਣਗੇ ਜੀ। ਜਾਣਗੇ ਜਾਂ ਕੇਜਰੀਵਾਲ ਜੀ ਨੂੰ ਲੈ ਕੇ ਜਾਣਗੇ। ਹਾਂਜੀ ਹਾਂਜੀ, ਉਹ ਤਾਂ ਜਿਵੇਂ ਚੋਣਾਂ ਦੇ ਵਿੱਚ। ਹਾਂ ਬਿਲਕੁਲ, ਜਹਾਜ਼ ਸਾਡੇ ਵਾਲਾ ਜਾਣਾ ਤਾਂ ਅਸੀਂ ਉਹ ਲੈ ਕੇ ਜਾਣਾ ਹੁੰਦਾ ਨਾ ਮਤਲਬ। ਸੋ ਇਸ ਲਈ 7 ਤੇ 8 ਤਰੀਕ ਨੂੰ ਗੁਜਰਾਤ ਨੇ, ਇਹਦਾ ਮਤਲਬ ਕੱਲ ਤੋਂ ਮੁੱਖ ਮੰਤਰੀ ਸਾਹਿਬ ਜਿੱਦਣ ਤੋਂ ਗਏ ਨੇ ਉਦਣ ਤੋਂ ਲੈ ਕੇ ਮਤਲਬ 8 ਤਰੀਕ ਤੱਕ ਪੰਜਾਬ ਮੁੱਖ ਮੰਤਰੀ ਸਾਹਿਬ ਤੋਂ ਬਣ ਜਾਏ, ਚਾਹੇ ਇੱਥੇ ਪੰਪਾਂ ਤੇ ਤੇਲ ਆਇਆ ਜਾਂ ਨਹੀਂ ਹੋਇਆ। ਇਹ ਸਾਰਾ ਕੁਛ ਉਸ ਸਮੇਂ ਹੋਇਆ ਜਦੋਂ ਡਰਾਈਵਰ ਹੜਤਾਲ ਦੇ ਉੱਤੇ ਸੀਗੇ। ਮਤਲਬ ਉਸ ਸਥਿਤੀ ਦੇ ਵਿੱਚ ਹੈ ਨਾ, ਜਦੋਂ ਪੰਜਾਬ ਦੇ ਵਿੱਚ ਕੁਝ ਭਖਵੇਂ ਮਸਲੇ ਚੱਲ ਰਹੇ ਨੇ ਇਸ ਮੌਕੇ, ਕਿੰਨੇ ਹੀ ਪਹਿਲੂਆਂ ਤੇ। ਉਧਰ ਕਿਸਾਨ ਜਥੇਬੰਦੀਆਂ ਦੇ ਵਿੱਚੋਂ ਗੈਰ ਰਾਜਨੀਤਿਕ ਦਲ ਨੇ ਐਲਾਨ ਕੀਤਾ ਹੋਇਆ ਕਿ ਅਸੀਂ ਦਿੱਲੀ ਨੂੰ ਜਾਣਾ, ਦੂਜੀਆਂ ਜਥੇਬੰਦੀਆਂ ਕਹਿੰਦੇ ਸਾਡੀ ਤਿਆਰੀ ਆ ਅਸੀਂ ਚੰਡੀਗੜ੍ਹ ਆਉਣਾ। ਇੱਧਰ ਮਤਲਬ ਰਾਜੋਂ ਵਾਲਾ ਮਾਮਲਾ, ਜਥੇਦਾਰ ਕੌਂਕੇ ਵਾਲਾ ਮਾਮਲਾ ਹੈ ਨਾ, ਉਹ ਕਾਫੀ ਗਹਿਮੀ ਦੇ ਵਿੱਚ ਹੈ। ਇਹਨਾਂ ਸਾਰੇ ਪਹਿਲੂਆਂ ਦੇ ਵਿਚਾਲੇ ਅਚਾਨਕ ਮੁੱਖ ਮੰਤਰੀ ਸਾਹਿਬ ਆਪਣੀ ਧਰਮ ਪਤਨੀ ਨਾਲ ਵਿਪਾਸਨਾ ਸੈਂਟਰ ਜਾਂਦੇ ਨੇ, ਤੇ ਕਿਹਾ ਇਹ ਜਾ ਰਿਹਾ ਕਿ ਜੀ ਉਹ ਇਸ ਲਈ ਗਏ ਨੇ ਕਿ 2024 ਦੇ ਵਿੱਚ ਉਹ ਪੂਰੇ ਫਿਰ ਤਰੋ ਤਾਜ਼ਾ ਹੋ ਕੇ ਪ੍ਰਚਾਰ ਕਰ ਸਕਣ। ਮਤਲਬ ਪੰਜਾਬ ਦਾ ਕੀ ਬਣਨਾ ਇਹਦਾ ਕੋਈ ਮਸਲਾ ਨੀ, ਮਸਲਾ 2024 ਹੈ। ਸੋ ਕਹਿੰਦੇ ਜੀ ਇਸੇ ਲਈ ਪਹਿਲਾਂ ਕੇਜਰੀਵਾਲ ਹੈ ਨਾ, ਉਹ ਚਾਚੇ ਦੀ ਧੀ ਚੱਲੀ ਮੈਂ ਕਿਉਂ ਰਹਾਂ ਕੱਲੀ ਹੈ ਨਾ। ਸੋ ਇਸ ਲਈ ਕਹਿੰਦੇ ਜੇ ਕੇਜਰੀਵਾਲ ਵਿਪਾਸਨਾ ਸੈਂਟਰ ਗਿਆ ਤਾਂ ਮੈਂ ਵੀ ਜਾਊਂ। ਜਾਂ ਫਿਰ ਹੋ ਸਕਦਾ ਕਿ ਜਦੋਂ ਤੁਸੀਂ ਕੋਈ ਕੰਪਨੀ ਤੋਂ ਕੋਈ ਚੀਜ਼ ਲੈਂਦੇ ਹੋ ਤਾਂ ਤੁਹਾਨੂੰ ਨਾ ਪੈਕੇਜ ਮਿਲ ਜਾਂਦਾ। ਹਾਂਜੀ ਹਾਂਜੀ, ਪੈਕੇਜ। ਸੋ ਹੋ ਸਕਦਾ ਕਿ ਇਹ ਪੈਕੇਜ ਮਿਲਿਆ ਹੋਵੇ
ਇੱਕ 10 ਦਿਨਾਂ ਦੇ ਲਈ ਜੇ ਕਰੋਗੇ ਤਾਂ 4 ਦਿਨ ਦਾ ਨਾਲ ਪੈਕੇਜ। ਸੋ ਹੁਣ ਉਹ ਪੈਕੇਜ ਮਾਨ ਸਾਹਿਬ ਨੂੰ ਮਿਲ ਗਿਆ, ਪਰ ਸਵਾਲ ਇਹ ਨਹੀਂ ਹੈਗਾ। ਠੀਕ ਹੈ, ਨਿੱਜੀ ਤੁਹਾਡੀ ਜ਼ਿੰਦਗੀ ਹੁੰਦੀ ਹੈ, ਤੁਹਾਨੂੰ ਅਧਿਕਾਰ ਹੈ, ਤੁਹਾਨੂੰ ਛੁੱਟੀ ਲੈਣ ਦਾ ਵੀ ਅਧਿਕਾਰ ਹੈ। ਜੇਕਰ ਅਸੀਂ ਚਾਹੁੰਦੇ ਹਾਂ ਕਿ ਸਾਡੇ ਕੰਮ ਕਾਰ 'ਚ ਐਤਵਾਰ ਆਵੇ ਤਾਂ ਮੁੱਖ ਮੰਤਰੀ ਸਾਹਿਬ ਤਾਂ ਮੰਤਰੀਆਂ ਅਫਸਰਾਂ ਨੂੰ ਵੀ ਚਾਹੀਦਾ ਕਿ ਉਹਨਾਂ ਨੂੰ ਵੀ ਕੋਈ ਛੁੱਟੀ ਮਿਲੇ। ਸੋ ਇਸ ਲਈ ਜੇ ਮੁੱਖ ਮੰਤਰੀ ਸਾਹਿਬ ਦਾ ਨਿੱਜੀ ਫੈਸਲਾ ਹੈਗਾ ਇਹ, ਉਹਨਾਂ ਨੂੰ ਅਧਿਕਾਰ ਹੈ, ਹੈ ਨਾ। ਪਰ ਵਿਰੋਧੀਆਂ ਨੇ ਹੁਣ ਜਾਖੜ ਸਾਹਿਬ ਬਿਆਨ ਦੇਈ ਜਾਂਦੇ ਨੇ ਇਸ ਮਸਲੇ ਦੇ ਵੀ, ਕਹਿੰਦੇ ਜੀ ਕਿ ਹੁਸ਼ਿਆਰਪੁਰ ਵਾਲਾ ਚੰਗਾ ਨਹੀਂ ਸੀ, ਕਿ ਕੇਜਰੀਵਾਲ ਨੇ ਨਕਾਰਤਾ ਜੀ ਉਹਨੂੰ, ਤਾਂ ਉਹ ਚੁਣਿਆ। ਹੈ ਪੰਜਾਬ ਤੋਂ ਬਾਹਰ ਜਾਣ ਦਾ ਕੀ ਮਤਲਬ ਜੀ? ਕਹਿੰਦੇ ਸਿਕਿਉਰਿਟੀ ਦਾ ਜੀ, ਕੋਈ ਡਰ ਲੱਗਦਾ ਜੀ ਆਪਣੇ ਪੰਜਾਬ ਚੋਂ। ਸੋ ਇਸ ਲਈ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ। ਪਰ ਜੋ ਵੀ ਹੋਵੇ ਜੀ, ਮੁੱਖ ਮੰਤਰੀ ਸਾਹਿਬ ਪੰਜਾਬ ਨੂੰ ਇੱਕ ਹਫ਼ਤੇ ਲਈ ਲਵਾਰਸ ਛੱਡ ਕੇ ਜੋ ਕੈਂਪ 'ਚ ਗਏ ਨੇ, ਤੇ ਉੱਥੋਂ ਕੀ ਤਰੋ ਤਾਜ਼ਾ ਹੋ ਕੇ ਪੰਜਾਬ ਦੇ ਲਈ ਕੁਝ ਚੰਗਾ ਕਰਨ ਦਾ ਹੀਲਾ ਕਰਕੇ ਆਉਣਗੇ, ਜਾਂ 2024 ਲਈ ਪੂਰਾ ਜ਼ੋਰ ਆਮ ਆਦਮੀ ਪਾਰਟੀ ਨੂੰ ਜਿਤਾਉਣ ਲਈ ਲਾਉਣਗੇ? ਸੋ ਕਾਹਦੇ ਲਈ ਤਰੋ ਤਾਜ਼ਾ ਹੋਣ ਗਏ ਨੇ? ਇਹ ਤਾਂ ਆ ਕੇ ਉਹਨਾਂ ਦਾ ਢੰਗ ਤਰੀਕਾ ਵਤੀਰਾ, ਹੈ ਉਹਨਾਂ ਦਾ ਵਿਵਹਾਰ, ਉਹਨਾਂ ਦੀ ਚਾਲ ਢਾਲ 'ਚ ਕੋਈ ਅੰਤਰ ਨਜ਼ਰ ਆਉਂਦਾ, ਉਹ ਵੀ ਦੱਸ ਸਕਾਂਗੇ ਫਿਰ। ਸ਼ਰਮਾ ਜੀ, ਦੋ ਤਿੰਨ ਗੱਲਾਂ ਨੇ। ਮੋਦੀ ਸਾਹਿਬ ਪ੍ਰਧਾਨ ਮੰਤਰੀ ਵਜੋਂ ਘੱਟ ਵਿਚਰਦੇ ਨੇ ਅਤੇ ਭਾਜਪਾ ਦੇ ਸਟਾਰ ਪ੍ਰਚਾਰਕ ਵਜੋਂ ਜ਼ਿਆਦਾ। ਸਾਡੇ ਵਾਲੇ ਮੁੱਖ ਮੰਤਰੀ ਸਾਹਿਬ ਵੀ 5 ਰਾਜਾਂ ਦੀਆਂ ਚੋਣਾਂ ਕਰਵਾ ਚੁੱਕੇ ਆ। ਬਿਲਕੁਲ, ਜੈਪਾ ਹਿਮਾਚਲ ਗੁਜਰਾਤ ਨੂੰ ਵਿੱਚ ਪਾਲ ਗਏ ਤਾਂ ਹੁਣ ਤੱਕ। ਬਿਲਕੁਲ ਬਿਲਕੁਲ। ਤੇ ਜਿਵੇਂ ਤੁਸੀਂ ਐਤਵਾਰ ਦਾ ਜ਼ਿਕਰ ਕੀਤਾ, ਠੀਕ ਹੈ ਆਗੂਆਂ ਦੀ ਆਪਣੀ ਲਾਈਫ ਹੈ, ਨਿੱਜੀ ਉਹਨਾਂ ਦੀ ਪਰਸਨਲ ਜ਼ਿੰਦਗੀ ਹੈ, ਆਪਣੀ ਨਿੱਜੀ ਜ਼ਿੰਦਗੀ ਦੇ ਵਿੱਚ ਉਹਨਾਂ ਨੇ ਪਰਿਵਾਰਾਂ ਦੇ ਨਾਲ ਸਮਾਂ ਬਤੀਤ ਕਰਨਾ ਹੈ। ਪਰ ਇਹ ਵਿਪਾਸਨਾ ਵਾਲਾ ਦੌਰ ਹੁਣ ਹੀ ਚੱਲਿਆ। ਪਹਿਲਾਂ ਵਾਲੇ ਆਗੂ ਜਿਹੜੇ ਸ਼ਰਮਾ ਜੀ ਹੁੰਦੇ ਸਨ, ਦਹਾਕਿਆਂ ਪੁਰਾਣੇ ਕਹਿ ਲੈਂਦੇ ਹਾਂ, ਹੁਣ ਵਾਲੇ ਤਾਂ ਕੋਈ ਬਾਹਲਾ ਫਰਕ ਨਹੀਂ ਆ, ਉਹ ਲੋਕਾਂ ਦੇ ਵਿੱਚ ਜਾਣ ਨੂੰ ਤਰਜੀਹ ਦਿੰਦੇ ਸਨ। ਲੋਕਾਂ 'ਚ ਬਹਿ ਕੇ, ਲੋਕਾਂ ਵਰਗੇ, ਲੋਕਾਂ ਦੇ ਵਾਂਗੂ ਉਹਨਾਂ ਦੇ ਕਿਰਦਾਰ ਹੀ ਐਸੇ ਹੁੰਦੇ ਸਨ। ਲੋਕਾਂ ਨੂੰ ਲੱਗਦਾ ਸੀਗਾ ਕਿ ਸਾਡੇ ਲੀਡਰ ਨੇ, ਲੋਕਾਂ ਨੂੰ ਲੱਗਦਾ ਸੀਗਾ ਕਿ ਇਹ ਸਾਡੇ ਵਰਗੇ ਨੇ। ਹੁਣ ਆਮ ਬੰਦਾ ਵਿਪਾਸਨਾ 'ਚ ਕਿਵੇਂ ਜਾਵੇ? ਜਿਹਨੇ ਵੀ ਬਿੱਲ ਤਾਰਨਾ ਹੈ, ਜਿਹਨੇ ਲੋਕ ਦੇਖਣ ਜਾਂਦੇ ਆ, ਹਾਂਜੀ ਉਹ ਲੀਡਰ ਆ ਗਿਆ, ਹਾਂਜੀ ਹਾਂਜੀ ਬਿਲਕੁਲ ਲੱਗਦੀ ਹੈ। ਜਿਵੇਂ ਆਪਣੇ ਪਿੰਡ 'ਚ ਤਮਾਸਾ ਹੁੰਦਾ ਸੀ ਨਾ, ਲੋਕ ਦੇਖਣ ਜਾਂਦੇ ਆ, ਉਵੇਂ ਲੀਡਰ ਆਏ ਤੇ ਲੋਕ ਦੇਖਣ ਜਾਂਦੇ ਕਿ ਪਤਾ ਨੀ ਕਿਹੜੀ ਸ਼ਹਿ ਆ ਗਈ ਜੀ। ਹਾਂਜੀ ਹਾਂਜੀ ਬਿਲਕੁਲ। ਪਹਿਲਾਂ ਇੱਕ ਦੌਰ ਸੀਗਾ ਜਦੋਂ ਲੋਕ ਕਾਂਗਰਸ ਦੇ ਲੀਡਰਾਂ ਨੂੰ ਤਾਂ ਥੋੜਾ ਜਿਹਾ ਦੂਰ ਮਹਿਸੂਸ ਕਰਦੇ ਹੁੰਦੇ ਸੀ, ਕਾਂਗਰਸ ਹੀ ਘੱਟ ਨਿਕਲਦੀ ਸੀ ਲੋਕਾਂ 'ਚ, ਪਰ ਅਕਾਲੀ ਦਲ ਦੇ, ਹਾਂਜੀ VIP ਸੀਗੇ, ਪਰ ਅਕਾਲੀ ਦਲ ਦੇ ਲੀਡਰ ਤਾਂ ਫਿਰਦੇ ਹੀ ਪਿੰਡਾਂ 'ਚ ਹੁੰਦੇ ਸੀ। ਬਿਲਕੁਲ, ਵੀ ਇੱਕ ਰੁਤਬਾ ਸੀਗਾ ਲੀਡਰਾਂ ਦਾ, ਪਰ ਨਾ ਉਹ ਅਕਾਲੀ ਦਲ ਦੇ ਵਿੱਚ ਚੀਜ਼ਾਂ ਰਹੀਆਂ ਅਤੇ ਨਾ ਉਹ ਕਾਂਗਰਸ ਦੇ ਵਿੱਚ, ਨਾ ਉਹ ਨਵਿਆਂ ਦੇ ਵਿੱਚ, ਇਨਕਲਾਬ ਵਾਲਿਆਂ ਦੇ ਵਿੱਚ ਵੀ ਉਹ ਚੀਜ਼ਾਂ ਨਹੀਂ ਰਹੀਆਂ।